ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਅਤਮਾਰ ਟੀਵੀ ਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਪਹਿਲੇ ਵੀ ਤੁਹਾਡੇ ਵਾਸਤੇ ਸੋਹਣੇ ਤੇ ਨਸਲਦਾਰ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਈਦਾ। ਅੱਜ ਲੈ ਕੇ ਆਏ ਇੱਕ ਮਿੰਨੀ ਜੋਟੀ। ਪਹਿਲੇ ਵੀ ਕੁਝ ਦੋਸਤਾਂ ਨੇ ਇਹਦੀ ਵੀਡੀਓ ਬਣਾਈ ਸੀਗੀ, ਲੇਕਿਨ ਅੱਜ ਮੈਂ ਬਣਾ ਰਿਹਾ। ਭਾਈਆਂ ਨੇ ਬੁਲਾਇਆ ਖਸੂਸਨ ਸਾਨੂੰ, ਠੀਕ ਹੈ ਨਾ, ਇਸ ਵੀਡੀਓ ਨੂੰ ਬਣਾਉਣ ਵਾਸਤੇ। ਅਤੇ ਮਿੰਨੀ ਜੋਟੀ ਇੱਕ ਸਿੰਘ ਮੀਨਾ ਸੂ, ਬਾਕੀ ਡਿਟੇਲ ਵਗੈਰਾ ਪੁੱਛਣੇ ਆ ਇਹਦੀ ਬਾਈ ਕੋਲੋਂ। ਦਿਖਾਓ ਜੀ ਵੀਡੀਓ ਨੂੰ। ਥੋੜਾ ਖੋਲ ਕੇ ਟੁੱਟਦੀ ਨਹੀਂ। ਨਹੀਂ ਕਮਰਾ ਚਲੋ ਬੋਲੋ ਕਿਥੇ ਆ ਸਰ। ਆਓ ਜੀ ਹਾਂ ਆਓ ਲੈ ਆਵੜਾ। ਸਲਾਮ ਅਲੈਕੁਮ, ਕੀ ਹਾਲ ਹੈ? ਠੀਕ ਹੋ? ਖਰੀਦ ਮੁਹੰਮਦ ਨਵਾਜ਼ ਜੱਟ, ਉਹਨਾਂ ਦੇ ਦੂਸਰਾ ਬੇਟੇ ਨਾ, ਉਹਨਾਂ ਦੇ ਕੋਲ ਮੈਂ ਅੱਜ ਖੜੀ। ਅੱਗੇ ਵੀ ਕੁਛ ਦੋਸਤਾਂ ਨੇ ਵੀਡੀਓ ਬਣਾਈ, ਤੁਹਾਨੂੰ ਦੱਸਿਆ ਨਵਾਜ਼ ਸਾਹਿਬ ਦੀ ਮਿਹਰਬਾਨੀ, ਉਹਨਾਂ ਨੇ ਫਿਰ ਸਾਨੂੰ ਬੁਲਾਇਆ ਕਿ ਯਾਰ ਪਹਿਲੇ ਨਹੀਂ
ਕੁਛ ਸਾਡੀ ਸਮਝ 'ਚ ਨਹੀਂ ਆ ਰਹੀ ਸੀਗੀ ਅਤੇ ਕੁਛ ਦੋਸਤਾਂ ਦੀ ਸਮਝ 'ਚ ਨਹੀਂ ਆ ਰਹੀ ਸੀ। ਮਤਲਬ ਕਿ ਸੌਦਾ ਨਹੀਂ ਹੋਇਆ, ਲੇਕਿਨ ਹੁਣ ਕੋਈ ਜ਼ਿਹਨ ਹੈ ਸਾਨੂੰ ਵੀ ਮਤਲਬ ਕਿ ਜ਼ਰੂਰਤ ਦੇਣ ਦੀ, ਅਤੇ ਕੋਈ ਦੋਸਤ ਵੀ ਅਗਰ ਹੁਣ ਕੋਈ ਪਸੰਦ ਕਰ ਦੇਣ ਤਾਂ ਇਹ ਤਾਂ ਨਸੀਬ ਮੁਕੱਦਰ ਦੀ ਗੱਲ ਹੈ। ਇਹ ਜੀ ਦੋਸਤੋ ਇਸ ਚੀਜ਼ ਨੂੰ ਮੱਦੇਨਜ਼ਰ ਨਹੀਂ ਰੱਖਣਾ ਜੀ ਕਿ ਇਹਦੀ ਅੱਗੇ ਵੀਡੀਓ ਬਣੀ ਹੈ ਜਾਂ ਫਲਾਂ ਹੋਇਆ। ਹਰ ਬੰਦੇ ਦੇ ਇੱਕ ਆਪਣੀ ਸੋਚ ਹੈ, ਆਪਣਾ ਨਸੀਬ ਹੈ, ਠੀਕ ਹੈ ਨਾ। ਹਰ ਬੰਦੇ ਨੇ ਆਪਣੀ ਸਮਝ ਨਾਲ ਰੇਟ ਲਗਾਉਣੇ, ਪਹਿਲੇ ਰੇਟ ਵੀ ਲੱਗਣ ਮਾਸ਼ਾਅੱਲਾ ਬੜੇ ਅੱਛੇ ਖਾਸੇ ਰੇਟ ਲੱਗਣ ਇਹਨੂੰ, ਅਤੇ ਉਦੋਂ ਬਸ ਨਸੀਬ ਨਹੀਂ ਉਹਨਾਂ ਦੇ 'ਚ ਆਇਆ ਸੀ ਜਿਹੜੇ ਨਹੀਂ ਦੋਸਤ ਲੈ ਕੇ ਗਏ, ਠੀਕ ਹੈ ਨਾ। ਬਾਕੀ ਇਹ ਹੁਣ ਇਸ ਟਾਈਮ ਕਿੰਨੇ ਦਿਨ ਨਸੂਈ ਨੂੰ ਹੋ ਗਏ ਨਾ? ਨਹੀਂ, 5ਵਾਂ ਦਿਨ ਇਹਨੂੰ, 5 ਦਿਨ ਪੱਕੇ 5 ਦਿਨ ਹੋ ਗਏ। ਇਹ ਦੂਸਰਾ ਸਵਾ ਸੂਈ ਨਾ? ਹਾਂਜੀ ਦੋਸਤ, ਸਿੰਘ ਹਿਲਦਾ ਹੈ ਜਿਹੜਾ, ਇੱਕ ਸਾਈਡ ਵਾਲਾ ਇਹਦਾ ਮੀਨਾ। ਹਾਂਜੀ ਹਿਲਦਾ ਹੈ। ਇੱਕ ਸਾਈਡ ਇਹ ਬੁਰਿਆ, ਟੁੱਟਾ ਜਾਂ ਕੀ ਸੀਨ ਹੈ ਇਹਦਾ? ਇਹ ਟੁੱਟਾ ਹੋਇਆ ਪਿਆ ਸਾਡੇ ਕੋਲ, ਟੁੱਟਾ ਹੋਇਆ ਪਿਆ। ਇਹ ਸ਼ੁਰੂ ਤੋਂ ਤਾਂ ਇੱਦਾਂ ਦਾ ਨਹੀਂ ਹੈ ਨਾ? ਨਹੀਂ, ਟੁੱਟਾ ਹੋਇਆ ਸਿੰਘ, ਅਤੇ ਇੱਕ ਸਿੰਘ ਜਿਹੜਾ ਮੀਨਾ ਹੈ ਉਹ ਹਿਲਦਾ ਹੈ। ਹਾਂਜੀ, ਲੇਕਿਨ 5 ਦਿਨ ਸੂਈ ਨੂੰ ਹੋ ਗਿਆ। ਦੂਸਰਾ ਸਵਾ ਸੂਈ ਦੋਵਾਂ ਵੀ ਹਿਲਦਾ, ਦੋਵੇਂ ਹਿਲਦੇ ਨੇ, ਦੋਨੇ ਹਿਲਦੇ ਨੇ। ਅੱਛਾ, ਜਿਹੜਾ ਛੋਟਾ ਉਹ ਵੀ ਹਿਲਦਾ? ਹਾਂਜੀ ਹਿਲਦਾ। ਛੋਟਾ ਵੀ ਹਿਲਦਾ, ਦੂਸਰਾ ਜਿਹੜਾ ਇਹਦੇ ਨਾਲ ਵੱਡਾ ਉਹ ਵੀ ਹਿਲਦਾ, ਅਤੇ ਥੱਲੇ ਕੱਟੀ ਸੂ ਕੇ ਕੱਟਾ? ਕੱਟਾ, ਕੱਟੀ ਸੂ ਥੱਲੇ, ਕੱਟੀ ਵੀ ਦਿਖਾਈ ਹੈ ਨਾਲ ਹੀ, ਤੁਸੀਂ ਦੇਖ ਲਈ ਹੋਣੀ ਹੈ ਦੋਸਤੋ। ਅਤੇ ਇਸ ਟਾਈਮ ਉਹਦੇ ਦੇ ਥੱਲੇ ਕਿੰਨਾ ਦੁੱਧ ਹੈ? 12 ਕਿਲੋ ਦੁੱਧ ਹੈ। ਪੱਕਾ ਦੁੱਧ ਜਿਹੜਾ, 2 ਟਾਈਮ ਕਿੱਦਾਂ ਚੋਂਦੇ ਹੋ? ਕੱਟੀ ਨੂੰ ਮਤਲਬ ਕਿ ਕਿੰਨਾ ਦੁੱਧ ਛੱਡਦੇ ਹੋ? ਕੀ ਥਣ ਛੱਡਦੇ ਹੋ? ਇੱਕ ਥਣ ਛੱਡ ਕੇ ਤਿੰਨਾਂ ਥਣਾਂ ਦਾ ਪੱਕਾ ਦੁੱਧ 12 ਕਿਲੋ, ਚੁਆਈ ਕਰਾਓਗੇ ਨਾ? 12 ਕਿਲੋ ਕਰ ਲਓ ਪੱਕਾ, 10 ਨਾ ਪੱਕਾ ਜਿਹੜਾ ਹੁੰਦਾ 10 ਕਿਲੋ ਦਾ ਪੱਕਾ ਨੇ ਥੱਲੇ ਪਹਿਲੇ 12 ਤੇ ਹੁਣ 10 ਕਿਲੋ ਕੋਈ ਪੱਕਾ ਦੁੱਧ? ਅੱਛਾ, ਪੱਕਾ ਜਿਹੜਾ ਤੁਸੀਂ ਚੁਆਈ ਕਰਵਾ ਸਕਦੇ ਹੋ? ਪੱਕਾ ਦੁੱਧ 10 ਕਿਲੋ ਇਹਦੇ ਤਿੰਨਾਂ ਥਣਾਂ ਦਾ ਬਾਕੀ ਬੱਚੇ ਨੂੰ ਛੱਡ ਕੇ, ਠੀਕ ਹੈ। ਅਤੇ ਇਹਦੀ ਹੁਣ ਅੱਗੇ ਵੀ ਤੁਸੀਂ ਵੀਡੀਓ ਵੀ ਬਣਵਾਈ, ਉਹਦੇ ਵਿੱਚ ਤਾਂ ਬੜੇ ਰੇਟ ਮਾਸ਼ਾਅੱਲਾ ਦੇ ਕਿਧਰੇ ਚੱਲੀ ਸੀਗੀ, ਪਤਾ ਨਹੀਂ ਮੇਰਾ ਖਿਆਲ 3.5 ਲੱਖ ਤੋਂ ਕਿ 4 ਲੱਖ ਤੋਂ ਤੁਰੀ ਸੀ, ਲੇਕਿਨ ਹੁਣ ਇਹਦੀ ਐਂਡ ਤੁਸੀਂ ਕੀ ਕਰਨੀ ਆ ਜਾਂ ਕਿੱਥੇ ਜਿੱਤ ਦੇਣੀ? ਹੁਣ ਮੈਂ ਇਸ ਵਜ੍ਹਾ ਤੋਂ ਨਹੀਂ ਵੀਡੀਓ ਬਣਾਉਣ ਆਇਆ ਕਿ ਤੁਹਾਡੀ ਫਿਰ ਵਾਰ ਵਾਰ ਵੀਡੀਓ ਜਿਹੜਾ ਨਾ ਮੈਂ ਚੜਾ ਕੇ ਦੋਸਤਾਂ ਦੇ ਜ਼ਿਹਨ ਜਾਏਗੀ ਕਿ ਪਤਾ ਨਹੀਂ ਕਿਉਂ ਇਹ ਵਾਰ ਵਾਰ ਵੀਡੀਓ ਆ ਰਹੀ ਹੈ, ਠੀਕ ਹੈ ਨਾ। 2.5 ਲੱਖ ਦੀ ਦੇ ਦਿੰਦੇ ਬਾਈ ਮੇਰੇ, ਅਗਰ ਦੇਣੀ ਜੇ ਨਾ ਮੁਨਾਸਬ ਜੀ ਕੀਮਤ ਮੰਗ ਲਵੋ, ਠੀਕ ਹੈ ਨਾ। ਦੁੱਧ ਤੁਸੀਂ ਬੜਾ ਥੋੜਾ ਦੱਸ ਰਹੇ ਹੋ, 10 ਕਿਲੋ ਦੁੱਧ ਦੱਸ ਰਹੇ ਹੋ। ਦੁੱਧ ਉੱਪਰ ਆ, ਤੁਹਾਨੂੰ ਘੱਟ ਦੱਸਿਆ ਸੀ। ਅੱਛਾ, ਹੈ ਉੱਪਰ 10 ਘੱਟ ਰਹੇ, ਮਤਲਬ ਕਿੰਨਾ ਕੁ ਉੱਪਰ ਹੈ? 12 ਕਿਲੋ ਪੱਕਾ ਦੁੱਧ ਹੈ ਨਾ ਥੱਲੇ। ਅਗਰ ਪੱਕਾ ਹੈ ਤਾਂ ਫਿਰ 12 ਕਿਲੋ ਦੱਸੋ, ਫਿਰ 10 ਕਿਲੋ ਕਿਉਂ ਦੱਸ ਰਹੇ ਹੋ? ਤੁਸੀਂ ਚੋ ਕੇ ਵੇਖ ਲਿਆ ਯਾਰਦਾ। ਅੱਛਾ, ਕਿ ਤੁਸੀਂ 12 ਕਿਲੋ ਤੁਸੀਂ ਕਹਿੰਦੇ ਚਵਾਓਗੇ, ਚਲੋ ਮਤਲਬ 10, 11, 12 ਇਹੀ ਸੀਨ ਲਾ ਲਈਏ। ਹਾਂਜੀ, ਠੀਕ ਹੈ, ਫਿਰ ਵੀ ਠੀਕ ਹੈ ਮਾਸ਼ਾਅੱਲਾ। ਮੁਨਾਸਬ 5 ਦਿਨ ਦੀ ਸੂਈ ਹੈ, ਕੋਈ ਪੱਕੀ ਜਿਹੀ ਕੀਮਤ ਦੱਸੋ ਬਾਈ ਮੇਰੇ, ਜਿੱਥੇ ਤੁਸੀਂ ਨਾ ਇੱਕਾ ਹੀ ਗੱਲ ਆ, 10 ਕਰੀ ਆ ਲੈਣੀ ਉਹਨਾਂ ਨੇ ਆਪਣੀ ਮਰਜ਼ੀ ਨਾਲ। ਪਹਿਲੇ ਵੀਡੀਓ ਬਣਵਾਈ ਜੀ ਨਾ ਦੋਸਤਾਂ ਨੇ ਬਣਾਈ ਸੀਗੇ ਨਾ, ਰੇਟ ਤੁਸੀਂ ਆਪਣੀ ਮਰਜ਼ੀ ਦੇ ਕੀਤੇ ਸੀ, ਖੜੀ ਆ ਨਸੀਬ ਮੁਕੱਦਰ ਦੀ ਗੱਲ ਹੈ। ਹੁਣ ਵੀ ਜ਼ਿਆਦਾ ਮੰਗੇਗਾ ਤਾਂ ਫਿਰ ਵੀ ਖੜੀ ਰਹਿ ਗਈ। 2,40,000 ਦਾ ਆਪਾਂ 10 ਰੁਪਏ ਵੀ ਕੱਟ ਦੇਣਾ। 2,40,000 ਰੁਪਇਆ, 1 ਰੁਪਇਆ ਨਹੀਂ ਕੱਟ ਕਰਨਾ, ਮੁਸਰੇਰਾ ਚੱਕ ਦੇ ਨਾਲ ਹੀ ਤਕਰੀਬਨ ਕੋਈ ਥੋੜਾ ਜਿਹਾ ਕਰ ਲਓ ਆਬਾਦੀ ਹੈ ਜਿੱਦਾਂ ਇੱਥੇ ਖੜੀ ਹੈ ਜੀ। ਦੋਸਤੋ ਇਸ ਚੀਜ਼ ਨੂੰ ਮੈਂ ਪਹਿਲੇ ਰਿਕੁਐਸਟ ਕੀਤੀ ਕਿ ਮੱਦੇਨਜ਼ਰ ਨਹੀਂ ਰੱਖਣਾ ਕਿ ਇਹਦੀ ਵੀਡੀਓ ਅਸੀਂ ਇੱਧਰ ਦੇਖੀ ਫਲਾਂ ਦੇਖੀ, ਜਿੰਨੇ ਵੀ ਦਿਖਾਈਏ ਉਹਨੇ ਇੱਕ ਆਪਣੇ ਨਜ਼ਰੀਏ ਨਾਲ ਦਿਖਾਈ ਹੈ, ਠੀਕ ਹੈ ਨਾ। ਅਸੀਂ ਤੁਹਾਨੂੰ ਦਿਖਾਈਏ ਅਸੀਂ ਆਪਣੇ ਨਜ਼ਰੀਏ ਨਾਲ, ਸਾਨੂੰ ਦੋਸਤਾਂ ਨੇ ਬੁਲਾਇਆ ਸੀਗਾ, ਜਿਹੜਾ ਫਿਰ ਇੱਕ ਬੰਦਾ ਚਾਹਤ ਨਾਲ ਬੁਲਾਏ ਅਤੇ ਸਾਡਾ ਆਉਣਾ ਹੱਕ ਬਣਦਾ, ਠੀਕ ਹੈ ਨਾ। ਇਹ ਤੁਹਾਨੂੰ ਦਿਖਾਈਏ ਮਾਸ਼ਾਅੱਲਾ ਸੋਹਣੀ ਮੱਝ, ਕੋਈ ਕਿਸੇ ਕਿਸਮ ਦਾ ਐਬ ਨਹੀਂ ਹੈ ਮੱਝ ਥੱਲੇ, ਕਿ ਤੁਸੀਂ ਕਹਿੰਦੇ ਹੋ ਕਿ ਸ਼ਾਇਦ ਐਬ ਹੋਵੇ ਜਾਂ ਕੋਈ ਫਲਾਂ ਹੋਵੇ। ਇਹ ਮੈਂ ਇਸ ਚੀਜ਼ ਨੂੰ ਪ੍ਰੈਫਰ ਕਰਨਾ ਕਿ ਨਸੀਬ ਮੁਕੱਦਰ ਦੀ ਗੱਲ ਹੁੰਦੀ, ਅਗਰ ਕੋਈ ਸੌਦਾ ਕਰਕੇ ਛੱਡ ਜਾਂਦਾ ਹੈ ਨਾ, ਸ਼ਾਇਦ ਉਹਦੇ ਨਸੀਬ ਵਿੱਚ ਨਹੀਂ ਹੈ ਅਤੇ ਇਸ ਵਜ੍ਹਾ ਤੋਂ ਛੱਡ ਗਿਆ। ਬਾਕੀ ਮਾਸ਼ਾਅੱਲਾ ਹਰ ਪਾਸੋਂ ਸੋਹਣੀ ਹੈ, ਲਿਬਾਸ ਬਿਲਕੁਲ ਸੋਹਣਾ ਸੂੰ, ਕੱਦ ਵੀ ਬਿਲਕੁਲ ਠੀਕ ਸੂੰ, ਇਹ ਨਹੀਂ ਕਿ ਛੋਟਾ ਕੱਦ, ਕੱਦ ਅੱਛਾ ਖਾਸਾ ਸੂੰ,
ਸਿੰਘ ਮੀਨੇ ਸੂ ਤੇ ਇਨਸ਼ਾਅੱਲਾ ਮਿਹਨਤ ਕਰੀਏ ਤੇ ਬਣੇਗੀ ਜੋਟੀ, ਠੀਕ ਹੈ ਨਾ। ਬਾਕੀ ਤੁਹਾਡੇ ਨਸੀਬ ਦੀ ਗੱਲ ਹੈ, ਤੁਹਾਡੀ ਸਮਝ ਦੀ ਗੱਲ ਹੈ। ਜਿੱਥੇ ਤੁਹਾਨੂੰ ਸਮਝ ਆਉਂਦੀ ਨੰਬਰ ਤੁਹਾਨੂੰ ਦੇ ਦਿੱਤਾ, ਸਾਡੇ ਨਾਲ ਰਾਬਤਾ ਕਰ ਸਕਦੇ ਹੋ, ਦੋਸਤਾਂ ਨਾਲ ਕਰ ਸਕਦੇ ਹੋ, ਠੀਕ ਹੈ। ਦੋਸਤੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ, ਠੀਕ ਹੈ। ਦੋਸਤੋ ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਅੱਲਾ ਹਾਫਿਜ਼।